ਘੀ ਉਪਰ
ਹੁਣ ਆਪਾਂ ਇਹਨਾਂ ਨੂੰ ਤਹਿਲ ਕਰਨੇ ਆ, ਆਪਾਂ ਠੀਕ ਹੋ ਗਿਆ। ਹੁਣ ਆਪਾਂ ਰੋਲ ਕਰਦੇ ਹਾਂ ਇਹ ਇਸ ਤਰੀਕੇ। ਚਲੋ ਹਾਂਜੀ ਗਾਇਲ, ਨਾ ਮੈਨੂੰ ਤੰਦੂਰ ਤੇ ਰੋਟੀਆਂ ਲਗਾਉਣੀਆਂ ਆਉਂਦੀਆਂ ਅਤੇ ਨਾ ਹੀ ਮੇਰੇ ਪਿਆਰੇ 'ਚ ਮੰਮਾ ਨੂੰ, ਠੀਕ ਹੋ ਗਿਆ ਅਤੇ ਖਾਲਾ ਵੀ ਫਿਰ ਮੈਂ। ਹਾਂਜੀ ਗਾਇਲ, ਹੁਣ ਆਪਾਂ ਉਤਾਰਦੇ ਹਾਂ ਰੋਟੀ, ਠੀਕ ਹੋ ਗਿਆ, ਬਾਕੀ ਆ ਪੱਕੜੀਆਂ ਵਾ ਅਤੇ ਖਾਲਾ ਕਹਿੰਦੀ ਹੁਣ ਤੂੰ ਵੀ ਕੋਈ ਕੰਮ ਸਿੱਖ ਲੈ, ਠੀਕ ਹੋ ਗਿਆ। ਇੱਕ ਮੇਰੇ 'ਤੇ ਤੁਸੀਂ ਰੋ ਪਾਇਆ, ਮੇਰਾ ਵੀ ਕੋਈ ਕਾਰੋਬਾਰ ਹੈਗਾ, ਮੈਂ ਵੀ ਕੰਮ ਵਗੈਰਾ ਕਰਨਾ ਹੁੰਦਾ ਅਤੇ ਮੈਂ ਕਿਹਾ ਚਲੋ ਠੀਕ ਹੋ ਗਿਆ। ਹਾਂਜੀ ਗਾਇਲ, ਖਾਲਾ ਲਗਾ ਰਹੀ ਹੈ ਰੋਟੀਆਂ, ਠੀਕ ਹੋ ਗਿਆ, ਹਾਂ ਬਣ ਗਿਆ, ਬਸ ਆਖ ਜਿਹੜੀਆਂ ਵਿੱਚ ਖੜੀਆਂ ਮੈਂ ਕੋਈ ਰਹਿ ਗਈਆਂ ਵਾ, ਠੀਕ ਹੋ ਗਿਆ। ਹਾਂਜੀ ਗਾਇਸ, ਸਾਡੀ ਭੈਣ ਹੁਣ ਨਾ ਖਾਲਾ ਲਗਾ ਕੇ ਚਲੀ ਗਈ ਅਤੇ ਮੈਂ ਕਿਹਾ ਚਲੋ ਹੁਣ ਜਿਹੜੀਆਂ ਪੱਕਦੀਆਂ ਜਾਂਦੀਆਂ ਵਾ ਇਹ ਮੈਂ ਖੁਦ ਹੀ ਕਰ ਲਵਾਂਗੀ, ਉਤਾਰ ਲਵਾਂਗੀ, ਇਹ ਕਿਹੜਾ ਮੁਸ਼ਕਲ ਆ। ਹਾਂਜੀ ਗਾਇਸ, ਹੁਣ ਨਾ ਮੈਂ ਕਿਹਾ ਤੰਦੂਰ 'ਤੇ ਖੜੀ ਹੋ ਕੇ ਨਾ ਗਰਮ ਗਰਮ ਰੋਟੀਆਂ ਹੁਣੇ ਚੋਪੜ ਲਾ, ਮਜ਼ੇ ਦੀਆਂ ਲੱਗਦੀਆਂ, ਘਿਓ ਦੀਆਂ, ਮੱਖਣ ਘਿਓ ਹੋਏ ਨਾ ਫਿਰ ਤਾਂ ਮਜ਼ਾ ਹੀ ਅਲੱਗ ਆ, ਪਰ ਕੋਈ ਖੈਰ। ਮੰਮਾ ਕਹਿੰਦੀ ਮੈਂ ਤੁਹਾਡੀ ਆਂਟੀ ਨੂੰ ਕਿਹਾ ਤਾਂ ਸੀਗਾ ਅਗਰ ਤੁਹਾਨੂੰ ਮਿਲ ਜਾਏ ਨਾ ਮੱਖਣ ਗੇ ਹੋ 3-4 ਕਿਲੋ ਫਿਰ ਸਾਨੂੰ ਨਾ ਦੇ ਜੇ, ਤਾਂ ਕਹਿੰਦੀ ਚਲੋ ਠੀਕ ਆ। ਹਾਂਜੀ ਗਾਇਸ, ਰੋਟੀਆਂ ਆਪਾਂ ਜਿਹੜੀਆਂ ਸੀ ਚੋਪੜ ਲਈਆਂ ਅਤੇ ਹੁਣ ਕਰਦੇ ਹਾਂ ਵੀਡੀਓ ਦਾ ਐਂਡ। ਅਗਰ ਮੇਰੇ ਪਿਆਰੇ ਭੈਣ ਭਾਈਆਂ ਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਏ, ਲਾਈਕ ਕਰੋ, ਸਬਸਕ੍ਰਾਈਬ ਕਰੋ ਤਾਂ ਕਿ ਹਰ ਵੀਡੀਓ ਬਆਸਾਨੀ ਨਾਲ ਮੇਰੇ ਪਿਆਰੇ ਭੈਣ ਭਾਈਆਂ ਤੱਕ ਪਹੁੰਚ ਸਕੇ। ਤੇ ਮਿਲਾਂਗੇ ਅਗਲੀ ਵੀਡੀਓ 'ਚ, ਅੱਲਾ ਹਾਫਿਜ਼।